ਤੇ ਇੱਕ ਦਿਨ ਆਪ ਨੇ ਜ਼ਿਕਰ ਕੀਤਾ ਕਿ ਜਿਹੜਾ ਬੱਚਾ ਪੰਜ ਪਾਠ ਜਪਜੀ ਸਾਹਿਬ ਦੇ ਕਰਦਾ ਉਹਦੀ ਸਮਾਧੀ ਲੱਗਣ ਲੱਗ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਅਸੀਂ 2 ਹਫ਼ਤੇ ਦੇ ਅੰਦਰ ਜਪਜੀ ਸਾਹਿਬ ਯਾਦ ਕਰ ਲਿਆ, ਛੋਟੇ ਜਿਹੇ ਬੱਚੇ ਸੀ, ਵੀ ਹਾਂ ਸਮਾਧੀ ਲਾ ਕੇ ਦੇਖਣੀ। ਤੇ 8ਵੀਂ ਜਮਾਤ ਦੇ ਅੰਦਰ 5 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਿਆ ਕਰਦੇ ਸੀ, ਉਹ ਤੋਂ ਇਲਾਵਾ 2 ਵਜੇ ਉੱਠਿਆ ਕਰਦੇ ਸੀ, 1 ਵਜੇ ਉੱਠਣਾ, 2 ਵਜੇ ਸੁਧਾ ਸਰ ਪਹੁੰਚਦੇ ਸੀ ਕਿਰਿਆ ਤੋਂ ਵਿਹਲੇ ਹੋ ਕੇ। ਸੁਧਾ ਸਰ ਮੋਤੀ ਬਾਗ ਦੇ ਵਿੱਚ ਤਲਾਬ ਹੈ, ਉੱਥੇ ਜਾ ਕੇ ਆਪ ਨੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਉਹਦੇ ਕੰਢੇ ਤੇ ਬੈਠ ਜਾਣਾ। ਆਪ ਦੇਖ ਲਓ ਕਿੰਨੀ ਕੁ ਉਮਰ ਸੀ, 16-15 ਸਾਲ ਦੀ ਸੀ, 14 ਸਾਲ ਦੀ ਹੋਣੀ ਹੈ, ਇੰਨੀ ਕੁ ਉਮਰ ਸੀ, ਬਹੁਤੀ ਨਹੀਂ ਸੀ। ਤੇ 14 ਸਾਲ ਦਾ ਬੱਚਾ 1 ਵਜੇ ਉੱਠ ਕੇ ਇਸ਼ਨਾਨ ਕਰਕੇ ਬੈਠ ਜਾਵੇ, ਤੇ ਫਿਰ ਮਹਾਰਾਜ ਜੀ ਕਹਿੰਦੇ ਅਸੀਂ 5 ਘੰਟੇ ਬੈਠਣਾ ਤੇ ਕੋਈ ਫੁਰਨਾ ਨਾ ਆਉਣ ਦੇਣਾ। ਕਿਉਂਕਿ ਸਾਡੇ ਮਹਾਤਮਾ ਜਿਹੜੇ ਪੜ੍ਹਾਉਂਦੇ ਸੀ, ਪ੍ਰੋਫੈਸਰ TL ਵਸਵਾਨੀ, ਉਹਨਾਂ ਨੇ ਇਹ ਗੱਲ ਕਹੀ ਵੀ ਜਿਹਦੀ ਸਮਾਧੀ 5 ਘੰਟੇ ਲੱਗ ਜਾਵੇ ਉਹ ਲਾਈਟ ਦੇ ਉੱਤੇ ਸਵਾਰ ਹੋ ਜਾਂਦੇ। ਕਹਿੰਦੇ ਇਸ ਤਰ੍ਹਾਂ ਲੱਗਿਆ ਕਰੇ ਵੀ ਅਸੀਂ ਪਹਿਲਾਂ ਤਾਂ ਸਰੋਵਰ ਦੇ ਕੰਢੇ ਬੈਠਿਆ ਕਰਦੇ ਸੀ, ਉੱਥੇ ਬੈਠਦੇ ਬੈਠਦੇ ਫੁੱਲ ਵਰਗੇ ਹੌਲੇ ਹੋ ਜਾਣ, ਤੇ ਐਂ ਮਹਿਸੂਸ ਹੋਣਾ ਵੀ ਅਸੀਂ ਪਾਣੀ ਦੇ ਉੱਤੇ ਬੈਠੇ ਹਾਂ ਤੇ ਹੇਠਾਂ ਸਾਡੇ ਫੁੱਲ ਨੇ, ਕਮਲ ਫੁੱਲ ਨੇ, ਕਮਲ ਫੁੱਲਾਂ ਦੇ ਉੱਤੇ ਅਸੀਂ ਬੈਠ ਕੇ ਭਜਨ ਕਰ ਰਹੇ ਹਾਂ, ਤੇ ਨਾਲੀ ਬੜੀ ਉੱਚੀ ਨਿਕਲੀ ਹੋਈ ਆ ਪਾਣੀ ਦੇ ਅੰਦਰ, ਕੋਈ ਫੁਰਨਾ ਨਹੀਂ ਆਉਣਾ, 5 ਘੰਟੇ ਜਦ ਹੋ ਜਾਣੇ ਫਿਰ ਕਹਿੰਦੇ ਅਸੀਂ 1 ਘੰਟੇ ਦੇ ਵਿੱਚ ਸੁਰਤ ਨਾਲ 5 ਪਾਠ ਸੁਖਮਨੀ ਸਾਹਿਬ ਦੇ ਕਰਨੇ, ਉਹਦੇ ਬਾਅਦ ਫਿਰ ਅਸੀਂ ਵਾਪਸ ਆਉਣਾ, ਨਿਤਨੇਮ ਕਰਨਾ, ਫਿਰ ਸਕੂਲ ਨੂੰ ਜਾਂਦੇ। ਇਸ ਗੱਲ ਦੀ ਸ਼ਿਕਾਇਤ ਸਰਦਾਰ ਦਲੀਪ ਸਿੰਘ ਕੋਲ ਕਰ ਦਿੱਤੀ ਉਹਨਾਂ ਨੇ, ਬੀਬੀ ਨੇ ਉਹਨਾਂ ਦੇ ਘਰੋਂ ਵੀ, ਇਹ ਪੜ੍ਹਦੇ ਪੜ੍ਹਦੇ ਤਾਂ ਹੈ ਨਹੀਂ, ਇਹ ਤਾਂ 1 ਵਜੇ ਇੱਥੋਂ ਤੁਰ ਜਾਂਦੇ ਨੇ ਰਾਤ ਦੇ, ਅਤੇ ਤੁਸੀਂ 2 ਵਜੇ ਆਉਂਦੇ ਹੋ, ਉੱਥੋਂ ਤੁਹਾਡੇ ਆਉਂਦਿਆਂ ਨੂੰ ਇਹ ਨਿਕਲ ਜਾਂਦੇ ਨੇ ਕੋਠੀ ਤੋਂ ਪਹਿਲਾਂ ਪਹਿਲਾਂ, ਅਤੇ ਮਹਾਰਾਜਿਆਂ ਦਾ ਕੰਮ ਹੁੰਦਾ, ਰਾਜਿਆਂ ਦਾ ਲੇਟ ਸੌਣਾ, ਇਹ ਸਾਰੇ ਕੰਮ ਠੀਕ ਕਰਨ ਤੋਂ ਬਾਅਦ ਫਿਰ ਵਾਪਸ ਆਇਆ ਕਰਦੇ। ਕਹਿਣ ਲੱਗੇ ਇਸ ਤਰ੍ਹਾਂ ਕਰੋ, ਤਾਲੇ ਲਾ ਦਿਓ ਘਰ ਨੂੰ ਸਾਰੇ, ਚਾਬੀ ਬਾਹਰਲੇ ਤਾਲੇ ਦੀ ਮੈਂ ਲਾ ਦੂੰਗਾ ਅਤੇ ਉਹਦੀ ਚਾਬੀ ਮੇਰੇ ਕੋਲ ਹੋਏਗੀ, ਬਾਕੀ ਸਾਰੇ ਤਾਲੇ ਲਾ ਦਿਓ। ਸਾਰੇ ਘਰ ਨੂੰ ਤਾਲੇ ਲਾ ਦਿੱਤੇ, ਕੋਠੀ ਸੀ ਬਹੁਤ ਵੱਡੀ, ਤਾਲੇ ਲਾਏ ਤਾਂ ਮਹਾਰਾਜ ਜੀ ਉੱਠੇ, ਉੱਠ ਕੇ ਸਾਰੇ ਦਰਵਾਜ਼ੇ ਦੇਖੇ, ਕੋਈ ਨਾ ਖੁੱਲ੍ਹਾ, ਪਤਾ ਲੱਗ ਗਿਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਮੇਰਾ ਇਹ ਤੜਕੇ ਚਲਾ ਜਾਂਦਾ, ਇਹ ਸਭ ਪ੍ਰਬੰਧ ਮੇਰੇ ਵਾਸਤੇ ਹੋਇਆ। ਆਪ ਜੀ ਉੱਥੇ ਹੀ ਇਸ਼ਨਾਨ ਤੋਂ ਬਗੈਰ ਬੈਠ ਗਏ, ਉੱਥੇ ਕਿਉਂ ਨਹੀਂ ਸੀ ਕਰਦੇ, ਕਿਉਂਕਿ ਘਰ ਦੇ ਡਿਸਟਰਬ ਹੁੰਦੇ ਸੀ, ਸੋ ਇਹ ਵੀ ਧਿਆਨ ਰੱਖਦੇ ਸੀ ਵੀ ਇਹਨਾਂ ਦੀ ਨੀਂਦ 'ਚ ਨਾ ਵਿਘਨ ਪਵੇ, ਚੁੱਪ ਕਰਕੇ ਨਿਕਲ ਜਾਂਦੇ ਸੀ, ਜਾ ਕੇ ਬਾਹਰ ਭਜਨ ਕਰਿਆ ਕਰਦੇ। ਸੋ ਆਪ ਜੀ ਪੌੜੀਆਂ ਦੇ ਵਿੱਚ ਬੈਠ ਗਏ, ਪੌੜੀਆਂ ਉੱਪਰ ਨੂੰ ਚੜ੍ਹਦੀਆਂ ਫਿਰ ਮੋੜ ਖਾਂਦੀਆਂ ਸੀ, ਉੱਥੇ ਵਿੱਚ ਜਿੱਥੇ ਮੋੜ ਖਾਂਦੀਆਂ ਸੀ ਉੱਥੇ ਕੋਈ 5-4 ਫੁੱਟ ਥਾਂ ਸੀਗਾ, ਉੱਥੇ ਚੌਂਕੜਾ ਮਾਰਿਆ। ਜਦੋਂ ਸਰਦਾਰ ਦਲੀਪ ਸਿੰਘ ਆਏ ਤੇ ਉਹਨਾਂ ਦਾ ਪੈਰ ਇਹਨਾਂ 'ਚ ਲੱਗਿਆ, ਉਹ ਕਹਿਣ ਲੱਗੇ ਕੌਣ ਹੈ, ਨਾਂ ਲਿਆ, ਕਹਿੰਦੇ ਹਾਂ ਬਾਈ ਮੈਂ ਆ, ਕਹਿੰਦੇ ਤੂੰ ਪੈਣਾ ਨਹੀਂ, ਕਹਿੰਦੇ ਨਾ ਮੈਨੂੰ 1 ਵਜੇ ਤੋਂ ਬਾਅਦ ਨਹੀਂ ਨੀਂਦ ਆਉਂਦੀ, ਪਤਾ ਨਹੀਂ ਕਿੰਨੇ ਕੁ ਜਨਮ ਸੌਂ ਕੇ ਖਰਾਬ ਕਰ ਲਏ, ਹੁਣ ਕਿਰਪਾ ਕਰੋ, ਹੁਣ ਮੇਰੇ 'ਤੇ ਪਾਬੰਦੀ ਨਾ ਲਾਓ। ਉਸ ਦਿਨ ਤੋਂ ਉਹਨਾਂ ਨੇ ਕਹਿਤਾ ਵੀ ਇਹ ਤਾਂ ਕੋਈ ਕੰਮ ਹੋਰ ਕਰਨ ਵਾਸਤੇ ਆਇਆ, ਪੜ੍ਹਾਈਆਂ ਪੜੁਈਆਂ ਕਰਨੀ ਆਇਆ, ਇਹਨੇ ਤਾਂ ਵੱਡੇ ਕੰਮ ਕਰਨੇ ਨੇ, ਸੋ ਇਹਨੂੰ ਨਾ ਰੋਕੋ,
ਸੋ ਆਪ ਫਿਰ 2 ਵਜੇ ਇਸ਼ਨਾਨ ਕਰਕੇ ਸੁਧਾ ਸਰ ਸਰੋਵਰ ਮੋਤੀ ਬਾਗ ਦੇ ਅੰਦਰ ਆਏ ਉਰਲੇ ਪਾਸੇ। ਉੱਥੇ ਜਾ ਕੇ ਆਪ ਬੈਠ ਜਾਂਦੇ ਸੀ ਅਤੇ 5 ਘੰਟੇ ਹੋਰ ਸਮਾਧੀ ਲਾਉਂਦੇ ਸੀ। ਅਜੇ ਮਹਾਂਪੁਰਸ਼ਾਂ ਦਾ ਮਿਲਾਪ ਨਹੀਂ ਸੀ ਹੋਇਆ, ਪਿਛਲੇ ਜਨਮ ਦਾ ਹੀ ਐਡਾ ਬਲ ਸੀ ਭਜਨ ਦਾ ਕਿ ਸਾਰੀਆਂ ਹੀ ਅਵਸਥਾ ਖੁੱਲ੍ਹ ਗਈਆਂ ਪਹਿਲਾਂ ਹੀ। ਉਹਦੇ ਬਾਅਦ ਆਪ ਨੂੰ ਖਿਆਲ ਹੋਇਆ ਕਿ ਕਿਸੇ ਮਹਾਂਪੁਰਸ਼ ਦੀ ਤਲਾਸ਼ ਕਰੀਏ ਜਿਹੜਾ ਪੂਰਾ ਹੋਵੇ। ਉਹ ਖਿੱਚ ਹਰ ਵਕਤ ਅੰਦਰ ਰਿਹਾ ਕਰੇ। ਜਦੋਂ 10ਵੀਂ 'ਚ ਪੜ੍ਹਦੇ ਸੀ ਉਸ ਵੇਲੇ ਹੀਰਾ ਸਿੰਘ ਉਹਨਾਂ ਨੂੰ ਕਿਹਾ, ਉਸ ਪਰ ਤੋਪਖਾਨੇ ਦੇ ਬਹੁਤ ਸਾਰੇ ਪ੍ਰੇਮੀ ਰੇਰੂ ਸਾਹਿਬ ਆਇਆ ਕਰਦੇ ਸੀ ਤਾਂ ਉਹਨਾਂ ਤੋਂ ਬਚਨ ਸੁਣਨੇ, ਅਤੇ ਆਪਦੇ ਮਨ ਵਿੱਚ ਖਿਆਲ ਜਾਗਿਆ ਵੀ ਸੰਤਾਂ ਦੇ ਦਰਸ਼ਨ ਕਰੀਏ ਮਹਾਂਪੁਰਸ਼ਾਂ ਦੇ ਚੱਲ ਕੇ। ਉਹਨਾਂ ਦਿਨਾਂ 'ਚ ਸਵਾਰੀਆਂ ਨਹੀਂ ਸੀ ਹੁੰਦੀਆਂ, ਪਟਿਆਲੇ ਤੋਂ 2 ਦਿਨ 'ਚ ਗੱਡੀ ਰੇਰੂ ਸਾਹਿਬ ਪਹੁੰਚਦੀ ਸੀ। ਪਹਿਲਾਂ ਧੂਰੀ ਨੂੰ ਜਾਣੀ, ਫਿਰ ਧੂਰੀ ਤੋਂ ਬੈਠੇ ਰਹਿਣਾ, ਫਿਰ ਲੁਧਿਆਣੇ ਨੂੰ ਜਾਣੀ, ਫਿਰ ਲੁਧਿਆਣੇ ਬੈਠੇ ਰਹਿਣਾ, ਫਿਰ ਦਰਾਏ ਨੂੰ ਆਉਣੀ, ਫਿਰ ਦਰਾਏ ਤੋਂ ਤੁਰ ਕੇ ਰਾਮਪੁਰ ਨੂੰ ਜਾਣਾ ਰੇਰੂ ਸਾਹਿਬ। ਸਵਾਬ ਇਸੇ ਤਰ੍ਹਾਂ ਉਹਨੂੰ ਛੁੱਟੀ ਹੋਈ ਅਤੇ ਆਪ ਨਾਲ ਆ ਗਏ। ਆਏ ਹੋਏ ਜਦੋਂ ਰੇਰੂ ਸਾਹਿਬ ਗਏ, ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ, ਪਹਿਲਾ ਹੀ ਵਚਨ ਉਹਨਾਂ ਨੇ ਇਹ ਗੱਲ ਕਰੀ ਦੇਹ ਦੀ ਸਾਰ, ਕਹਿੰਦੇ ਆ ਗਿਆ, ਬੜੀ ਦੇਰ ਛੁਪਿਆ ਰਿਹਾ, ਇੰਨੀਓ ਗੱਲ। ਕਹਿੰਦੇ ਹਾਂ ਮਹਾਰਾਜ ਆ ਗਿਆ। 4 ਦਿਨ ਛੁੱਟੀਆਂ ਤੋਂ ਬਾਅਦ ਹੀਰਾ ਸਿੰਘ ਤਾਂ ਤੁਰਨ ਦੀ ਕਾਲ ਕਰੇ, ਮਹਾਂਪੁਰਸ਼ਾਂ ਨੂੰ ਕਿਹਾ ਕਿ ਮਹਾਂਪੁਰਸ਼ੋ ਇਹ ਤਾਂ ਸਟੂਡੈਂਟ ਹੈ, ਘਰ ਦੇ ਲਾਂਭੇ ਦੇਣਗੇ ਵੀ ਉੱਥੇ ਹੀ ਛੱਡਿਆ ਹੈ। ਕਹਿੰਦੇ ਨਾ ਭਾਈ, ਪੜ੍ਹ ਕੇ ਆਏ, ਫਿਰ ਚਲੇ ਗਏ, ਫਿਰ ਆ ਜਾਇਆ ਕਰਨ, ਫਿਰ ਚਲੇ ਜਾਇਆ ਕਰਨ। ਇਸੇ ਤਰ੍ਹਾਂ ਕਰਦੇ ਕਰਦੇ 10ਵੀਂ ਦਾ ਜਦ ਇਮਤਿਹਾਨ ਹੋਇਆ, ਮਹਾਰਾਜ ਜੀ ਮੈਨੂੰ ਦੱਸਦੇ ਸੀ, ਕਹਿੰਦੇ ਅਸੀਂ ਸਾਰਾ ਦਿਨ ਕਹਿੰਦੇ ਪਾਠ ਕਰੀ ਜਾਣਾ, ਕਿਤਾਬ ਕਤੂਬ ਨਾ ਪੜ੍ਹਨੀ ਕੋਈ ਵੀ। ਕਿਤਾਬਾਂ ਤਾਂ ਕਹਿੰਦੇ ਊਈ ਸਾਡੇ ਯਾਦ ਸੀਗੀਆਂ ਸਾਰੀਆਂ, ਜਦ ਮਨ ਟਿਕ ਜਾਵੇ ਤਾਂ ਕਿਤਾਬਾਂ ਆਪਣੇ ਆਪ ਯਾਦ ਹੋ ਜਾਂਦੀਆਂ ਨੇ। ਕਹਿੰਦੇ ਅਸੀਂ ਪਿਛਲੀ ਲਾਈਨ 'ਚ ਬੈਠਣ ਲੱਗ ਗਏ, ਬਥੇਰਾ ਕਿਹਾ ਮਾਸਟਰਾਂ ਨੇ ਵੀ ਤੁਸੀਂ ਪਹਿਲੀ ਲਾਈਨ 'ਚ ਕਿਉਂ ਨਹੀਂ ਬਹਿੰਦੇ, ਤੂੰ ਤਾਂ ਫਸਟ ਆਉਣ ਵਾਲਾ ਸਟੂਡੈਂਟ ਹੈ। ਕਹਿੰਦੇ ਪਿਛਲੇ 'ਚ ਬੈਠਣ ਲੱਗ ਗਏ ਅਸੀਂ, ਕਿਤਾਬਾਂ 'ਚ ਗੁਟਕੇ ਰੱਖਣੇ, ਵੱਡੇ ਗੁਟਕੇ, ਅਤੇ ਪਾਠ ਕਰੀ ਜਾਣਾ। ਉਹ ਤੋਂ ਬਾਅਦ ਜਦੋਂ ਇਮਤਿਹਾਨ ਹੋਇਆ, ਕਹਿੰਦੇ ਅਸੀਂ ਸਾਨੂੰ ਇਹ ਹੋਇਆ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ। ਕਹਿੰਦੇ ਅਸੀਂ ਵਾਹਿਗੁਰੂ 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 ਲਿਖਣਾ ਸ਼ੁਰੂ ਕਰਤਾ, ਸਾਰੇ ਹੀ ਪੇਪਰ ਜਿੰਨੇ ਦਿੱਤੇ ਸਭ ਵਾਹਿਗੁਰੂ ਵਾਹਿਗੁਰੂ ਕਰਕੇ ਹੀ ਦੇਤੇ, ਨਾ ਕੋਈ ਪਾਸ ਹੋਣ ਦੀ ਇੱਛਾ, ਨਾ ਫੇਲ ਹੋਣ ਦਾ ਡਰ, ਭਾਈ ਹੁਣ ਤਾਂ ਵਾਹਿਗੁਰੂ ਮਿਲ ਗਿਆ, ਹੁਣ ਵਾਹਿਗੁਰੂ ਵਾਹਿਗੁਰੂ ਨੂੰ ਨਹੀਂ ਛੱਡਣਾ, ਇੱਕ ਸਵਾਸ ਨਹੀਂ ਵਾਹਿਗੁਰੂ ਤੋਂ ਦੂਰ ਕਰਨਾ, ਕਿਉਂਕਿ ਆਪ ਨੂੰ ਨਾਮ ਦੀ ਦਾਤ ਅੰਮ੍ਰਿਤ ਛਕਾ ਦਿੱਤਾ ਗਿਆ ਸੀ ਅਤੇ ਨਾਮ ਦੀ ਦਾਤ ਪ੍ਰਾਪਤ ਹੋ ਗਈ ਸੀ। 1924 'ਚ ਫਿਰ ਆਪ ਆ ਗਏ, ਫਿਰ ਨਹੀਂ ਵਾਪਸ ਗਏ, ਜ਼ੋਰ ਲਾ ਲਏ, ਘਰਦੇ ਵੀ ਗਏ, ਕਿਉਂਕਿ ਮਹਾਂਪੁਰਸ਼ਾਂ ਦਾ ਸਰੀਰ 3 ਸਾਲ ਹੋਰ ਰਹਿੰਦਾ ਸੀ, ਤਾਂ 3 ਸਾਲ ਉਹ ਸੇਵਾ ਕਰੀ ਜਿਹੜੀ ਹੈਰਾਨ ਨਹੀਂ ਹੋ ਜਾਂਦੀ ਆ ਵੀ ਇੰਨੀ ਸੇਵਾ। ਦਿਨ ਰਾਤ ਆਪ ਨਾਲ ਰਹਿੰਦੇ ਸੀ, ਗੜਵੇ ਦੀ ਸੇਵਾ ਕਰਦੇ ਸੀ, ਡਿਊਟੀ ਦਿੰਦੇ ਸੀ, ਪਹਿਰਾ ਦਿੰਦੇ ਸੀ, ਤੇ ਆਪ ਜੀ ਦੇ ਬਾਰੇ ਇੱਕ ਪ੍ਰੇਮੀ ਇੱਥੇ ਸਬ ਸੈਕਟਰ 'ਚ ਰਹਿੰਦਾ ਹੁੰਦਾ, ਉਹ ਕਹਿਣ ਲੱਗਿਆ ਅਸੀਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਗਏ ਵੱਡਿਆਂ ਬਾਬਾ ਅਤਰ ਸਿੰਘ ਜੀ ਦੇ। ਕਹਿੰਦੇ ਅੱਧੇ ਜਾ ਕੇ ਕੀ ਦੇਖਦੇ ਆ, ਇਹ ਡਿਊਟੀ ਤੇ ਬੈਠੇ ਨੇ ਤੇ ਉਹ ਭੋਰੇ ਵਿੱਚ ਨੇ, ਤੇ ਇਹਨਾਂ ਦੇ ਮੱਥੇ ਨੂੰ ਮਿੱਟੀ ਲੱਗੀ ਹੋਈ ਹੈ, ਇਹ ਰਮਜ ਦਾ ਪਤਾ ਨਾ ਲੱਗੇ ਵੀ ਮੱਥੇ ਨੂੰ ਕਿਉਂ ਚੁਟਕੀ ਮਿੱਟੀ ਦੀ ਲੱਗੀ ਹੋਈ ਹੈ। ਕਹਿੰਦੇ ਅਸੀਂ ਬਥੇਰਾ ਪੁੱਛਿਆ, ਕੁਛ ਦੱਸਿਆ ਨਾ,
ਇਹ ਫਿਰ ਮਹਾਰਾਜ ਜੀ ਨੇ ਮੇਰੇ ਨਾਲ ਗੱਲ ਕਰੀ ਇੱਕ ਵਾਰੀ। ਮੈਂ ਕਿਹਾ ਵੀ ਮਹਾਰਾਜ ਜੀ ਆਪਦਾ ਜੀਵਨ ਲਿਖਣਾ ਚਾਹੁੰਦੇ ਨੇ, ਮੈਨੂੰ ਚਿੱਠੀ ਆਈ ਹੈ। ਕਹਿੰਦੇ ਸੰਤਾਂ ਦੇ ਜੀਵਨ ਦਾ ਕੀ ਪਤਾ ਹੁੰਦਾ ਸੰਸਾਰ ਨੂੰ ਕੀ ਜੀਵਨ ਹੈ, ਕਿਉਂਕਿ ਉਹ ਤਾਂ ਦੱਸਦੇ ਹੀ ਨਹੀਂ ਹੈ, ਸਾਰੀ ਗੁਪਤ ਰੱਖਦੇ ਨੇ। ਹੁਣ ਜੀ ਖਦਾਏ ਦੇ ਭੇਦ ਨਾ ਕਿਸੇ ਦੇ, ਉਹ ਤਾਂ ਨਸ਼ਰ ਨਹੀਂ ਕਰਦੇ, ਆਪਣੀ ਆਟੋਬਾਇਓਗ੍ਰਾਫੀ ਲਿਖਦੇ ਨੇ ਤਾਂ ਵੀ ਨਹੀਂ ਪੂਰੀਆਂ ਗੱਲਾਂ ਲਿਖਦੇ, ਉਪਰਲੀ ਉਪਰਲੀ ਲਿਖਣਗੇ, ਅੰਦਰਲੇ ਭੇਦ ਨਹੀਂ ਦਿੰਦੇ ਕਿਸੇ ਨੂੰ ਵੀ। ਮਹਾਰਾਜ ਪਤਾ ਹੀ ਹੈ ਵੀ ਉੱਥੇ ਦੀਵਾਨ ਲਾਇਆ, ਉੱਥੇ ਲਾਇਆ, ਉੱਥੇ ਗਏ, ਉਹਨੂੰ ਤੁਸੀਂ ਬਚਨ ਕੀਤਾ, ਦੁਨੀਆਂ ਨੂੰ ਬੇਅੰਤ ਗੱਲਾਂ ਦਾ ਪਤਾ ਹੈ। ਕਹਿੰਦੇ ਨਹੀਂ ਹੈ ਨਹੀਂ, ਬਹੁਤ ਸਾਰੀਆਂ ਬਾਤਾਂ ਐਸੀਆਂ ਹੁੰਦੀਆਂ। ਮਹਾਰਾਜ ਕਿਸ ਤਰ੍ਹਾਂ ਕਿਰਪਾ ਕਰੋ। ਕਹਿੰਦੇ ਅਸੀਂ 9 ਸਾਲ ਪਿੱਠ ਨਹੀਂ ਲਾਈ ਧਰਤੀ ਨਾਲ, 1-2-4 ਦਿਨ ਨਹੀਂ ਹੈ, 10 ਦਿਨ ਨਹੀਂ ਹੈ, 9 ਸਾਲ। ਮਹਾਰਾਜ ਨੀਂਦ ਵੀ ਇੱਕ ਤੇ ਆਉਂਦੀ ਹੋਣੀ ਹੈ, ਸਰੀਰ ਹੈ। ਕਹਿੰਦੇ ਜੇ ਕਿਤੇ ਸਰੀਰ ਨੂੰ ਆ ਵੀ ਜਾਵੇ ਤਾਂ ਮੱਥਾ ਤਾਂ ਲੱਗ ਜਾਂਦਾ ਸੀ, ਪਿੱਠ ਨਹੀਂ ਸੀ ਲੱਗਦੀ। ਹੁਣ ਤੁਸੀਂ ਹੈਰਾਨ ਹੋ ਲਓ ਕਿ ਕਿੱਡੀ ਤਪੱਸਿਆ। ਸੋ ਇਸੇ ਕਰਕੇ ਇਸ ਗੱਲ ਨੂੰ ਸੰਸਾਰ ਨਹੀਂ ਸਮਝ ਸਕਦਾ, ਅਤੇ ਇਹਦੇ ਵੱਡੇ ਤੋਂ ਵੱਡਾ ਵੇਦ ਗਿਣਿਆ ਗਿਆ ਸਾਡੇ, ਉਹ ਵੀ ਮਹਿਮਾ ਨਹੀਂ ਜਾਣਦੇ ਇਸ ਤਰ੍ਹਾਂ ਵੱਲ।